ਸਕਦਾ। ਇੱਥੇ ਤਾਂ ਆਉਂਦੇ ਜਾਂਦੇ ਰਹਿਣਗੇ ਲੰਗਰ ਵਾਲੇ ਦਾ। ਆ ਜਿਹੜੇ ਕਿੱਲ ਇਹ 10 ਦਿਨ ਹੋ ਗਏ ਨਾ ਮੋਦੀ ਸਰਕਾਰ ਨੂੰ ਆਹ ਚੀਜ਼ ਕਰਦਿਆਂ ਨੂੰ, ਇਹ ਤਾਂ ਸਾਡਾ 5 ਮਿੰਟਾਂ ਦਾ ਕੰਮ ਹੈ। ਇੱਕ ਜਕਾਰਾ ਹੀ ਛੱਡਣਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਏ ਹੋਣਗੇ। ਇਹ ਕੁਛ ਨੀ ਚੀਜ਼ਾਂ ਇਹਨਾਂ ਵਾ, ਇਹ ਤਾਂ ਇਹਨਾਂ ਵਾਸਤੇ ਨੇ ਯਾਰ। ਜਿਹੜੀ ਸਾਡੀ ਕੌਮ ਹੈ ਨਾ, ਜਿਹੜੀ ਸਾਨੂੰ ਗੁਰੂਆਂ ਦੀ ਬਖਸ਼ ਹੋਈ ਹੋਈ ਹੈ, ਇਹ ਤਾਂ ਮੁੱਢ ਤੋਂ ਲੜਨ ਵਾਲੀ ਕੌਮ ਹੈ। ਜਿੰਨਾ ਇਹਨੂੰ ਦੱਬੋਗੇ ਓਨਾ ਉੱਠੂਗੀ। ਪਿਆਰ ਨਾਲ ਜੋ ਕੁਛ ਮਰਜ਼ੀ ਕਰ ਲਓ, ਜੇ ਕਹੋਗੇ ਵੀ ਪੰਜਾਬੀਆਂ ਨੂੰ ਦਬਾ ਲਾਂਗੇ ਨਾ, ਇਹ ਦਬਣ ਵਾਲੀ ਤਾਂ ਕੌਮ ਨੀ। ਮੁਗਲ ਇਹਨਾਂ ਨੇ ਨੀ ਛੱਡੇ, ਅੰਗਰੇਜ਼ ਇਹਨਾਂ ਨੇ ਨੀ ਛੱਡੇ। ਤੁਸੀਂ ਕੀ ਚੀਜ਼ ਹੋ ਸਾਡੇ? ਹਰਿਆਣਾ ਕੇ ਕਿਸਾਨ, ਹਰਿਆਣਾ ਕੇ ਜੋ ਕਿਸਾਨ ਹੈ ਉਹ ਕਹਿ ਰਹੇ ਹਮ ਪੰਜਾਬ ਕੇ ਕਿਸਾਨੋਂ ਕਾ ਬੜੇ ਭਾਈ ਹਮਾਰੇ ਸਵਾਗਤ। ਹਰਿਆਣੇ ਦੇ ਕਿਸਾਨ ਨੇ ਜਿਹੜੇ, ਉਹਨਾਂ ਨੇ ਤਾਂ ਜ਼ਿੰਮੇਵਾਰੀ ਲੈ ਲਈ, ਕਹਿੰਦੇ ਤੁਸੀਂ ਪੰਜਾਬ ਵਾਲੇ ਨੂੰ ਐਤਕੀ ਦਿੱਲੀ ਅਸੀਂ ਪਹੁੰਚਾਵਾਂਗੇ, ਚਿੰਤਾ ਨਾ ਕਰੋ। ਤੁਸੀਂ ਆਹ ਦੇਖਿਓ ਕਿਵੇਂ ਉੱਡਣਗੇ ਇਹਨਾਂ ਨੂੰ, ਕਿੰਨਾ ਚਿਰ ਹੋ ਗਿਆ ਲਾਣਿਆਂ ਨੂੰ। ਜਿੰਨਾ ਖਰਚਾ ਇਹਨਾਂ ਨੇ ਇੱਥੇ ਕੀਤਾ, ਇੰਨਾ ਇਹ ਲੋਕਾਂ ਦੇ ਜਨਤਾ ਦੇ ਨਾ ਕਰ ਲੈਂਦੇ। ਜਨਤਾ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਉਹਨਾਂ ਦੇ ਕਰ ਲੈਂਦੇ। ਯਾਰ ਜੇ ਇੱਕ ਹਫ਼ਤੇ 'ਚ ਤੁਸੀਂ ਇਹ ਲੋਹੇ ਦੀਆਂ ਕਿੱਲਾਂ ਲਾਈ ਜਾਂਦੇ ਹੋ ਸੀਮਿੰਟ, ਜ਼ਿਮੀਦਾਰਾਂ ਦਾ ਤਾਂ ਕੰਮ ਹੀ ਇਹ ਲੋਹੇ ਨਾਲ ਖੱਪਣਾ। ਤੁਸੀਂ ਸੋਚ ਕੇ ਦੇਖੋ, ਇਹਨਾਂ ਨੂੰ 10 ਦਿਨ ਹੋ ਗਏ, ਸਾਡੇ 5 ਮਿੰਟ ਲੱਗਣਗੇ ਇਹਨਾਂ ਦੇ, ਕਿੰਨਾ ਕਿਉਂ ਨੁਕਸਾਨ ਕਰ ਦੇਣੇ ਆ।